ਸੰਤਾਂ ਦੀ ਬਾਤ ਚੱਲਣ ਦੇਖਦੇ ਸਾਰੇ ਦੋਤਾ ਸਵਾਗਤ ਹੈ ਇਸ ਵਕਤ ਹੀ ਖੜੇ ਪਿੰਡ ਗੈਲਾਂ ਦੇ ਵਿੱਚ ਜਿੱਥੇ ਕਿ ਇੱਕ ਜਵਾਈ ਬੰਨੀਓ ਜਗਰੂਪ ਸਿੰਘ ਚੌਹਾਨ ਕੇ ਜੋ ਇੱਥੇ ਗੈਲਾਂ ਪਿੰਡ ਦੇ ਵਿੱਚ ਵਿਆਹ ਹੋਇਆ ਸੀ ਉਹਦੇ ਬੰਨੀਓ ਆਪਣੀ ਸੱਸ ਦਾ ਬੜੀ ਬੇਰਹਿਮੀ ਦੇ ਨਾਲ ਤੇਜ਼ ਹਥਿਆਰ ਦੇ ਨਾਲ ਜਿਹੜਾ ਉਹਦਾ ਧੌਣ ਕੱਟ ਕੇ ਉਹਦਾ ਕਤਲ ਕੀਤਾ ਗਿਆ। ਬੇਸ਼ੱਕ ਉਹਦਾ ਅੱਜ ਤੋਂ 4-5 ਸਾਲ ਦੇ ਕਰੀਬ ਪਹਿਲਾਂ ਤਲਾਕ ਹੋ ਚੁੱਕਾ ਹੈ, ਫਿਰ ਵੀ ਉਸ ਨੇ ਇਸ ਪਰਿਵਾਰ ਦਾ ਖਹਿੜਾ ਨਹੀਂ ਛੱਡਿਆ। ਅੱਜ ਜਿਹੜਾ ਉਹਦਾ ਗੁੱਸਾ ਸੀ, ਜੋ ਉਹਦਾ ਅੰਦਰ ਜ਼ਹਿਰ ਸੀ, ਅੱਜ ਉਹ ਇੱਕ ਜਾਨ ਲੈ ਕੇ ਖਤਮ ਹੋਇਆਗਾ। ਤਾਂ ਪੁਲਿਸ ਕੋਲ ਵੀ ਇਹਨਾਂ ਦੀ 2-3 ਦਿਨ ਪਹਿਲਾਂ ਰਿਪੋਰਟ ਦਰਜ ਕਰਵਾਈ ਸੀ, ਪਰ ਪੁਲਿਸ ਨੇ ਵੀ ਇਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ। ਜੇਕਰ ਪੁਲਿਸ ਉਸ ਦਰਿੰਦੇ ਦੇ ਖਿਲਾਫ਼ ਕੋਈ ਕਾਰਵਾਈ ਕਰਦੀ ਤਾਂ ਹੋ ਸਕਦਾ ਅੱਜ ਇਹ ਕਤਲ ਨਾ ਹੁੰਦਾ। ਆਓ ਤੁਹਾਨੂੰ ਦਿਖਾਉਂਦੇ ਆ ਪੂਰੇ ਪਰਿਵਾਰ ਦੇ ਰੋਂਦੇ ਬਿਲਕਦੀਆਂ ਤਸਵੀਰਾਂ। ਹਾਲ ਹੋ ਗਈ ਸੀ, ਘਰੋਂ ਘਰੋਂ ਭੱਜ ਗਿਆ ਸੀ। ਮਾਂ ਪਿਓ ਕਹਿੰਦੇ ਆਪਦੀ ਲੈ ਜਾਓ, ਸਾਡਾ ਬੇਦਖਲ ਲਿਖਾਇਆ ਹੋਇਆ। ਮੇਰੇ ਸਹੁਰਾ ਉਹਦਾ ਗਾ ਉਹਦੇ ਧੱਕੇ ਨਾਲ ਅੰਦਰ ਲੈ ਕੇ ਲੱਗ ਗਿਆ, ਕੁੱਟਣ ਮਾਰਨ ਲੱਗ ਗਏ। ਮੇਰੇ ਅਸੀਂ ਜਾ ਕੇ ਲਿਆਉਂਦੇ ਅਸੀਂ ਤਾਂ ਕੇਸ ਲੱਗ ਕੇ ਕਚਹਿਰੀਆਂ 'ਚ ਵੀਰੇ ਨਿਬੇੜਿਆ ਵੀ ਆ। ਨਿਬੇੜਨ ਕੇ ਸਾਡਾ ਇੱਕ ਪਾਸਾ ਫੈਸਲਾ ਸਾਡਾ ਹੋ ਗਿਆ ਸੀਗਾ। ਪੰਚਾਇਤ ਨੂੰ ਫਿਰ ਗੱਲ ਕੀਤੀ, ਮਾਂ ਪਿਓ ਨੇ ਸਾਈਨ ਕੀਤੇ, ਕਹਿੰਦੇ ਸਾਡੀ ਸਹਿਮਤੀ ਨਾਲ ਨਿਬੇੜਾ ਹੋਇਆ। ਮੇਰੇ ਪਾਸ ਉੱਥੇ ਸਾਡੇ ਘਰ ਇੱਕ ਦਿਨ ਆ ਗਿਆ ਅੰਦਰ, ਮੇਰੀ ਮਾਂ ਨੂੰ ਧਮਕਾ ਕੇ ਗਿਆ ਸੀ। ਥਾਣੇ 'ਚ ਵੀ ਰਿਪੋਰਟ ਵੀਰੇ ਉਹਦੇ ਹੱਥ ਨੇ ਲਿਖਾਈ ਆ, ਥਾਣੇ ਵਾਲੇ ਨੇ ਕੋਈ ਕਾਰਵਾਈ ਕੀਤੀ, ਇਹ ਵੀ ਨਹੀਂ ਗਏ ਚੱਕਣ ਉਹਨੂੰ। ਤਾਂ ਕੱਲ ਵੀਰੇ ਕੁੜੀ ਲੈ ਕੇ ਆ ਗਿਆ ਆਪਦੀ ਇੱਥੇ, ਨਾ ਮੈਂ ਪਿਓ ਨੂੰ ਕਿਹਾ, ਮੈਂ ਥਾਣੇ ਨੂੰ ਕਹਿ ਦੇ, ਥਾਣੇ ਸਾਡੀ ਇੱਕ ਨਹੀਂ ਸੁਣੀ, ਥਾਣੇ ਵਾਲੇ ਵੀ ਨਹੀਂ ਚੱਕਣ ਗਏ ਉਹਨੂੰ। ਤਾਂ ਕੇਸ ਕਿਹਦੇ ਕੋਲ ਛੋਟਾ ਥਾਣੇ ਜੀ? ਵੀਰੇ ਥਾਣੇ ਤਾਂ ਅਸੀਂ ਟੱਲੇ ਵਾਲੀ ਕੇਸ ਦਿੱਤਾ ਜਿੱਦੇ ਆਇਆ ਇੱਕ ਦਿਨ ਅੱਗੇ ਪਹਿਲਾਂ ਸਾਡੇ ਘਰੇ। ਜਗਰੂਪ ਨਿਰਮਲ ਦਾ ਪੁੱਤਰ ਆ ਉਹ। ਬੀਚ ਕੱਢ ਕੇ ਗਾਲਾ ਗੁਆ ਕੱਢ ਕੇ ਗਿਆ ਕੁੜੀ ਲਈ ਫਿਰਦਾ ਸੀ ਨਾਲ ਆਪਦੀ। ਪਹਿਲਾਂ ਵੀਰੇ ਉੱਥੇ 8-9 ਸਾਲ ਰਹੀ ਆ, ਘਰੋਂ ਵਗ ਗਿਆ ਸੀ, 5 ਸਾਲ ਘਰੇ ਬੜਿਆ ਨੀ ਸੀਗਾ। ਮਾਂ ਪਿਓ ਕਹਿੰਦੇ ਆਪਦੀ ਨੂੰ ਆ ਕੇ ਲੈ ਜਾਓ, ਰੱਖਣੀ ਨਹੀਂ ਵੀਰੇ ਅਸੀਂ। ਫਿਰ ਸਹੁਰਾ ਗਲਤ ਕੰਮ ਕਰਨ ਲੱਗ ਗਿਆ ਮੇਰੀ ਭੈਣ ਨਾਲ। ਵੀਰੇ ਅਸੀਂ ਕਚਹਿਰੀਆਂ 'ਚ ਨਿਬੇੜ ਲਿਆ ਕੇਸ ਲਾ ਕੇ, ਮਾਂ ਪਿਓ ਨੇ ਸਾਈਨ ਕੀਤੇ, ਪੰਚਾਇਤ ਨੇ ਸਮਾਨ ਚੱਕ ਲਿਆ। ਤਾਂ ਹੁਣ ਵੀਰੇ 9 ਸਾਲਾਂ ਬਾਅਦ ਹੁਣ ਇਹ ਯਾਦ ਆ ਗਈ ਸਾਡੇ ਮਾਂ ਪਿਓ ਦੀ ਇਹਨੂੰ, 9 ਸਾਲਾਂ ਬਾਅਦ ਘਰੇ ਆ ਗਿਆ। ਕੱਲ੍ਹ 2 ਦਿਨ ਹੋ ਗਏ ਸਾਡੇ ਘਰੇ ਆਉਂਦੇ ਨੂੰ, ਜਿੱਦਾਂ ਅਸੀਂ ਹੱਥ ਨੇ ਥਾਣੇ ਰਿਪੋਰਟ ਵੀ ਲਿਖਾ ਕੇ ਆਉਂਦੀ ਆ। ਇਹ ਤਾਂ ਸਾਨੂੰ ਨੰਬਰ ਲਿਆ ਕੇ ਵੀਰੇ, ਨੰਬਰ ਅਸੀਂ ਕਿੱਥੋਂ ਲਿਆ ਕੇ ਚਹਾਣ ਕੇ ਆਉਂਦਾ ਹੁਣ ਅਸੀਂ, ਵੀ ਸਾਡਾ ਨਿਬੜਿਆ ਪੈ ਗਿਆ। ਇਹਨਾਂ ਨੇ ਵੀ ਨਹੀਂ ਕਾਰਵਾਈ, ਪੁਲਿਸ ਨੇ ਕੀਤੀ ਵੀ ਤੁਸੀਂ ਕਾਰਵਾਈ ਤਾਂ ਕਰੋ ਮੇਰੇ। ਉਹਨਾਂ ਤਾਂ ਸਜ਼ਾ ਹੋਣੀ ਚਾਹੀਦੀ ਆ, ਮਾਂ ਪਿਓ ਨੂੰ ਵੀ ਚੱਕਣਾ ਚਾਹੀਦਾ, ਮਾਂ ਪਿਓ ਦੀ ਸਹਿਮਤੀ ਨਾਲ। ਉਹਦੇ ਮਾਂ ਪਿਓ ਦੀ ਸਹਿਮਤੀ ਨਾਲ ਹੁੰਦਾ ਇਹ ਕੰਮ, ਇਹ ਹੁੰਦਾ ਨਹੀਂ ਮਾਂ ਪਿਓ ਦੀ ਸਹਿਮਤੀ ਨਾਲ। ਤਲਾਕ ਬਾਕੀ ਸਾਰੇ ਕਾਗਜ਼ ਦੇ, ਤਲਾਕ ਸਾਰੇ ਕਾਗਜ਼ ਵੀਰੇ ਸਾਡੇ ਕੋਲ, ਪ੍ਰੂਫ ਸਾਡੇ ਕੋਲ ਆ। ਮਾਂ ਪਿਓ ਨੇ ਧੀ ਕੱਲ੍ਹ ਕਿਉਂ ਨਾਲ ਤੋਰੀ, ਮੁਟਿਆਰ ਧੀ ਕਿਉਂ ਨਾਲ ਤੋਰੀ ਮਾਂ ਪਿਓ? ਮਾਂ ਪਿਓ ਸਾਡੇ ਕਿਹੜੇ 'ਚ ਬਾਹਰ ਆ? ਫਿਰ ਮਾਂ ਪਿਓ ਦੀ ਸਹਿਮਤੀ ਨਾਲ ਸਾਰਾ ਕੁਛ ਹੋਇਆ ਵੀਰੇ, ਨਹੀਂ ਹੁੰਦਾ ਨਹੀਂ ਸੀ ਜੇ ਮਾਂ ਪਿਓ ਦੀ ਸਹਿਮਤੀ ਨਾ ਇੱਥੋਂ ਪੱਠੇ ਲੈ ਕੇ ਰੱਖ ਗਿਆ ਉਹ ਮੈਨੂੰ, ਕਿੱਥੋਂ ਕਰੀ ਕਹਿੰਦੀ ਤੈਨੂੰ ਮਿੱਠੀ ਨੇ ਸੱਦਿਆ ਉਹਦੇ ਲਈ ਘਰੇ ਮਾੜਾ ਜਾਇਆ। ਮੈਂ ਉੱਥੋਂ ਮਿੱਠੀ ਮੈਨੂੰ ਮਿਲਿਆ ਨਹੀਂ, ਮੈਂ ਮੁੜ ਕੇ ਆ ਗਿਆ। ਮੈਂ ਜਦੋਂ ਇੱਥੇ ਪੁਲੀ ਕੋਲ ਆਇਆ ਉਹ ਬੁੜੀ ਚਾਲਣੀ ਨੇ ਕਹਿੰਦੀ ਚਾਚਾ ਭੱਜ ਕੇ, ਕਹਿੰਦੀ ਕਹੀ ਪੈਰੋਂ ਦਾ ਫੜ ਲਈ ਉਹ ਬਾਹਰ ਮਿੱਠੀ ਅੰਦਰ ਫੜ ਕੇ ਲੈ ਗਿਆ, ਅੰਦਰ ਮੜ ਕੇ ਕਾਚੂ ਮਾਰਿਆ ਉਹਨੇ, ਇੱਥੇ ਮਾਰਿਆ ਕਾਚੂ ਆ ਜਾਣਾ ਮੇਰੇ ਉਹਦਾ ਖਤਮ ਕਰਕੇ। ਉੱਥੋਂ ਵਿਹੜੇ 'ਚੋਂ ਜੀ ਅੰਦਰ ਲੈ ਗਿਆ ਉੱਥੇ, ਹਾਂ ਕੰਮ ਕਰਦੀ ਸੀ ਇੱਥੇ, ਉੱਥੇ ਲੈ ਗਿਆ ਗੜੀਸ ਕੇ। ਮੈਂ ਇਕੱਲੀ ਦੁਨੀਆਂ ਜੀ ਆ ਜੀ, ਅਸੀਂ ਬਸ ਦੁਨੀਆਂ ਜੀ ਆ ਅਸੀਂ। ਕਰ ਵੀ ਖਤਮ ਕਰੋ ਜੀ ਉਹਨੂੰ, ਕਰ ਵੀ ਜੇ ਮਰੀ ਉਹਨੂੰ ਵੀ ਨਾਲ ਮਾਰੋ ਸਾਰੇ ਨੂੰ, ਕੋਈ ਸਾਰਾ ਲੱਗਦਾ ਫਿਰ ਉਹ ਕੱਲ੍ਹ ਨੂੰ ਫਿਰ ਸਾਰਾ ਭੈਣ ਚੋਦ ਆਊਗੀ ਇੱਥੇ, ਕੱਲ੍ਹ ਨੂੰ ਫਿਰ ਆਊ ਜੀ ਉਹਦਾ, ਉਹ ਖਤਮ ਕਰੋ ਸਾਰੇ ਨੂੰ ਭੈਣ ਚੋਦ ਨੂੰ ਕਰੋ। 6 ਮਹੀਨੇ ਹੋਏ ਤਾਂ ਇਕੱਲਾ ਹੀ ਪੁੱਤ ਸੀ ਉਹ ਮੁੱਕ ਗਿਆ, ਹੁਣ ਜਾ ਇਹ ਵਿਚਾਰੀ ਆਪਣੇ ਟਾਈਮ ਪੂਰੇ ਦਿੰਦੇ ਜੀ ਘਰੇ ਕਰਦੇ ਸੀਗੇ,
ਤੇ ਹੁਣ ਆਏ ਮੇਰਾ ਫੈਸਲਾ ਸਹੀ ਹੋਣਾ ਚਾਹੀਦਾ। ਅੱਜੋ ਹਾਂਜੀ ਬੱਚੇ ਆ ਗੁੱਡੀ ਕੋਲੇ ਤੁਹਾਰੇ ਵਿਆਹੀ ਆ, ਸਹਿਮਤੀ ਨਾਲ ਵਿਆਹ ਹੈ, ਸਾਰਾ ਕੁਛ ਹੋਇਆ। ਹਾਂਜੀ ਤਲਾਕ ਹੋਇਆ ਬਾਜੀ, ਤਲਾਕ ਹੋਇਆ ਵੈ, ਚਾਰ ਸਾਲ ਉੱਥੇ ਵਿਆਹੀ ਨੂੰ ਵੀ ਹੋ ਗਿਆ, ਅੱਜ ਇਹਦੇ ਜਾਣੀ ਯਾਦ ਆ ਗਿਆ। ਪਹਿਲਾਂ ਵੀ ਆ ਕੇ ਦੋ ਤਿੰਨ ਵਾਰੀ ਆ ਕੇ ਗਿਆ ਜੀ, ਚੀਕਾਂ ਮਾਰ ਕੇ ਨਿਕਲਦੀ ਸੀ, ਫਿਰ ਮੈਂ ਨਿਕਲਾ ਬਾਹਰ, ਫਿਰ ਉਹ ਚੱਕੂ ਮਾਰਿਆ ਸੀ ਤੇ ਉਧਰ ਬੀਬੀ ਨਿਕਲੀ ਆ ਬਾਹਰ, ਉਹਨੂੰ ਚੱਕੂ ਮਾਰ ਕੇ ਨਾਲੀ ਤੇ ਡਿੱਗ ਪਾਈ, ਫਿਰ ਮੈਂ ਫਾੜ ਲਈ ਮੋਟਰਸਾਈਕਲ, ਫੜ ਲਈ ਇਹ ਉਧਰ ਆਉਂਦਾ ਸੀ, ਇਹ ਭੱਜੀ ਗਿਆ, ਫਿਰ ਇਹ ਫਾੜ ਲਿਆ ਮੋਟਰਸਾਈਕਲ, ਉਹ ਅੰਦਰ ਵੜ ਗਿਆ, ਫਿਰ ਅਸੀਂ ਕੁੰਡਾ ਫੜ ਲਿਆ, ਅਸੀਂ ਫੜ ਲਿਆ ਸੀ ਤੇ ਅਸੀਂ ਕੁੰਡਾ ਲਾ ਲਿਆ। ਕਿੰਨੇ ਜਣੇ ਦੇ ਜਿਹੜੇ ਚੱਕੂ ਮਾਰੇ ਉਹਨੇ? ਅਸੀਂ ਬਸ ਮੁੰਡੇ ਤੇ ਮੇਰਾ ਕੁੜੀ ਸੀ ਤੇ ਮੈਂ ਸੀ, ਤਿੰਨੇ ਜਣੇ ਸੀ। ਆਪਣੇ ਪਕੜੇ ਉਹਨੇ? ਹਾਂ, ਹੋਰ ਕੋਈ ਨਹੀਂ ਸੀ। ਉਹ ਚੀਕ ਚਗੇੜਾ ਕਰ ਰਹੇ ਇੱਥੇ ਵਾਂ ਤੇ? ਹਾਂ, ਉਹਦੇ ਕੋਲ ਕਿਹੜੀ ਆ ਤਰੀਕ ਕਰਵਾਨੀ ਆ? ਇਹ ਕਿਹਾ ਸੀ ਮਾਰਨੇ ਵਾਲੀ ਕਿਆ ਚੀਜ਼ ਸੀ? ਕਰਾ ਦਾ ਹੈਗਾ ਚੱਕੂ ਜੀ, ਕਰਦ ਕੇ ਸਾਥ ਹਮਲਾ ਕਰ ਰਹਾ। ਕਹਾਂ ਕੀ ਹਮਲਾ ਉਸਨੇ? ਚੱਕੂ ਨੀ ਮੈਂ ਦੇਖ ਲਈ ਸੀ ਤੇ ਮੈਂ ਕਿਹਾ ਸੀ ਕਿ ਚੱਕੂ ਮਾਰਦਾ ਬੀਬੀ ਨੇ, ਪੈਂਦਾ ਮਾਰਤਾ ਇਹ, ਮੈਨੂੰ ਕਹਿੰਦਾ ਪਾਸੇ ਪੈਂਦ ਨੀ ਆਏ, ਕਹਿੰਦਾ ਇਹ ਉਧਰੋਂ ਭੱਜੀ ਆਉਂਦਾ ਸੀ, ਇਹ ਭੱਜ ਕੇ ਗਿਆ, ਮੈਂ ਮੋਟਰਸਾਈਕਲ ਆਏ ਛੇੜਤਾ ਤੇ ਉਹ ਅੰਦਰ ਵੜ ਗਏ, ਅਸੀਂ ਫੜ ਲਏ, ਫਿਰ ਮੇਰਾ ਕੁੜੀ ਜਾ ਕੇ ਬੀਬੀ ਨੂੰ ਉਠਾਇਆ। ਇਹ ਜੀ ਬਹੁਤ ਮੰਦਭਾਗੀ ਘਟਨਾ ਵਾਪਰਿਆ ਸਾਡੇ ਨਗਰ ਦੇ ਵਿੱਚ, ਇਸ ਤਰ੍ਹਾਂ ਦਾ ਅੱਗੇ ਕੋਈ ਵੀ ਚਾਂਸ ਨਹੀਂ ਹੋਇਆ। ਇਹ ਜਿਹੜਾ ਮਹਾਨਲਾਇਕ ਬੰਦਾ ਸੀ, ਇਹਦਾ ਤਲਾਕ ਹੋਇਆ ਸੀ ਕਾਫੀ ਚਿਰ ਪਹਿਲਾਂ, 6-7 ਸਾਲ ਪਹਿਲਾਂ ਕਾਨੂੰਨੀ ਤੌਰ 'ਤੇ ਤਲਾਕ ਵੀ ਹੋ ਗਿਆ ਸੀ, ਸਾਰਾ ਕੁਝ ਨਿਬੜ ਚੁੱਕਿਆ ਸੀ। ਇਹ ਪਹਿਲਾਂ ਵੀ ਨਲਾਇਕ ਸੀਗਾ ਕਿਉਂਕਿ ਬੱਚਿਆਂ ਨੂੰ ਸੰਭਾਲਦਾ ਨਹੀਂ, ਕੁੜੀ ਨਾਲ ਕਲੇਸ਼ ਕਰਨਾ, ਇਸੇ ਦਾ ਕਾਰਨ ਕਲੇਸ਼ ਇਹੀ ਸੀ, ਤਲਾਕ ਦਾ ਕਾਰਨ ਵੀ ਇਹੀ ਬਣਿਆ ਸੀ। ਇਹ ਹੁਣ ਇਹਦੀ ਜਾਨਲੇਵਾ ਬਣ ਗਿਆ। ਇਹ ਬੰਦਾ ਇੱਕ ਦਿਨ ਅੱਗੇ ਵੀ ਆਇਆ ਸੀ, ਇਹਨਾਂ ਨੂੰ ਕਹਿ ਕੇ ਗਿਆ ਵੀ ਤੁਸੀਂ ਮੇਰੇ ਨਾਲ ਇਹ ਚੰਗਾ ਨਹੀਂ ਕੀਤਾ, ਮਾੜਾ ਕੀਤਾ। ਇਹਨਾਂ ਨੂੰ ਚੈਲੇਂਜ, ਇਹਨਾਂ ਨੇ ਥਾਣੇ ਤਲਾਹ ਵੀ ਦਿੱਤੀ ਆ ਅੱਜ ਤੋਂ ਤਿੰਨ ਕੁ ਦਿਨ ਪਹਿਲਾਂ, ਜਿਹੜੀ ਮੈਂ ਸੁਣੀ ਹੈ ਇਹ ਗੱਲ। ਅਤੇ ਇਹ ਸਾਡੇ ਪਿੰਡ 'ਚ ਇਹੋ ਜਿਹੇ ਬੰਦਿਆਂ ਨੂੰ ਜਿਉਂਦਾ ਨਹੀਂ ਛੱਡਣਾ ਚਾਹੀਦਾ, ਮੇਰੇ ਮੁਤਾਬਕ ਤਾਂ ਸਭ ਤੋਂ ਸਖ਼ਤ ਸਜ਼ਾ ਹੋਣੀ ਚਾਹੀਦੀ ਆ। ਸਾਡੀ ਤਾਂ ਇਹੀ ਸਮੁੱਚੀ ਪੰਚਾਇਤ ਦੀ, ਸਮੁੱਚੇ ਨਗਰ ਦੀ ਸਾਡੀ ਮੰਗ ਆ ਵੀ ਇਹੋ ਜਿਹੇ ਬੰਦੇ ਬਿਲਕੁਲ ਨਹੀਂ ਬਖਸ਼ਣੇ ਚਾਹੀਦੇ, ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਔਰ ਬਹੁਤ ਗਰੀਬ ਪਰਿਵਾਰ ਆ, ਇਹ ਚਾਰ ਬੱਚਿਆਂ ਦੀ ਮਾਂ ਸੀਗੀ ਜਿਹੜੀ, ਜਿਹਦਾ ਕਤਲ ਹੋਇਆ। ਇੱਕ ਇਹਦਾ ਬੇਟਾ ਸੀ, ਉਹ ਵਿਚਾਰਾ ਕਿਸੇ ਬਿਮਾਰੀ ਦੇ ਕਾਰਨ ਸਾਲ ਕੁ ਪਹਿਲਾਂ ਮਰ ਗਿਆ। ਇਹਨਾਂ 'ਤੇ ਬਹੁਤ ਗਰੀਬੀ ਆ ਜੀ, ਇਹ ਦੋਵੇਂ ਮੀਆਂ ਬੀਬੀ ਦੋਨੇ ਬਜ਼ੁਰਗ ਸੀਗੇ ਵਿਚਾਰੇ, ਕਾਫੀ ਉਮਰ ਉਹ 60-65 ਸਾਲ ਦੇ ਉੱਪਰ ਹੋਏਗੀ। ਅਤੇ ਇਹਨਾਂ ਦੇ ਕੋਈ ਰੋਟੀ ਰੋਜੀ ਵਾਲਾ ਵੀ ਹੈ ਨਹੀਂ ਗਾ। ਤਿੰਨ ਬੇਟੀਆਂ ਸੀ, ਉਹ ਤਿੰਨੇ ਵਿਆਹੀਆਂ ਗਈਆਂ, ਸ਼ਾਦੀਸ਼ੁਦਾ ਨਹੀਂ ਗਈਆਂ। ਉਹ ਵੀ ਵਿਚਾਰੇ ਗਰੀਬ ਪਰਿਵਾਰਾਂ 'ਚ ਵਿਆਹੀਆਂ, ਲੋਕਾਂ ਦੀ ਮਦਦ ਨਾਲ ਹੀ ਇਹ ਮਾੜਾ ਮੋਟਾ ਗੁਜ਼ਾਰਾ ਚਲਾਉਂਦੇ ਸੀਗੇ। ਅੱਜ ਇਹਨਾਂ 'ਤੇ ਜੋ ਪਹਾੜ ਟੁੱਟਿਆ, ਮੈਂ ਕੁਛ ਦੱਸ ਨਹੀਂ ਸਕਦਾ ਵੀ ਇਹਨਾਂ ਇਹ ਸਾਡੇ ਨਗਰ ਦੇ ਵਿੱਚ ਇਹੋ ਜਿਹੇ ਪਰਿਵਾਰ 'ਤੇ ਇੰਨੀ ਧੱਕਾ ਛੁਰੀ ਸੀ ਇਹਦੇ ਕੋਲ, ਕੋਈ ਛੁਰੀ ਕਰਦ ਲੈ ਕੇ ਆਇਆ, ਕੋਈ ਸ਼ਰ ਜਿਹੜੀ ਆਪਣੀ ਵੱਡੀ ਕਰਦ ਸੀਗੀ ਜੀ ਇਹਦੇ ਕੋਲ, ਉਹ ਹੁਣ ਵੀ ਆ, ਉਹ ਪੁਲਿਸ ਨੇ ਉਹ ਸਾਰੀ ਕਵਰ ਕਰ ਲਈ ਆਪਦੀ। ਇਹ ਤਾਂ ਵਿਚਾਰੀ ਭੱਜ ਕੇ ਗਈ, ਇੱਕ ਸਾਡੇ ਗੁਆਂਢੀ ਸਾਰੇ ਦਰਸ਼ਨ ਸਿੰਘ ਮਾਨ ਦੇ ਘਰ ਵਾਲੀ ਉਹਦੇ ਕੋਲ ਭੱਜੀ, ਉਹਦੇ ਉਹਨਾਂ ਦੀ ਦੇਹੜੀ ਉੱਥੇ ਜਾ ਡਿੱਗੀ, ਉਹਦੇ ਵੀ ਪੇਟ 'ਤੇ ਉਹ ਛੁਰੀ ਮਾਰ ਗਿਆ ਉਹ। ਹਾਂ, ਉਹ ਬਚ ਗਈ, ਉਹ ਅਜੇ ਹੁਣ ਦਾਖਲ ਐਡਮਿਟ ਆ ਗਈ ਉਹ ਬਰਨਾਲੇ, ਉਹ ਟੰਕੇ ਟੁੱਕੇ ਲੱਗਣਗੇ। ਵਿਚਾਰੀ ਦਾ ਕੀ ਹਾਲਤ ਆ ਉਹਦੇ ਬਾਰੇ ਅਜੇ ਕੁਛ ਨਹੀਂ ਕਹਿ ਸਕਦੇ ਵੀ ਉਹ ਕਿਸ ਤਰ੍ਹਾਂ ਹੈਗੀ ਹੈ। ਹਾਂ, ਇਹਦੀ ਮੌਕੇ 'ਤੇ ਉਹ ਡਿੱਗਣ ਅਨੁਸਾਰ ਇਹਦਾ ਖੂਨ ਜ਼ਿਆਦਾ ਨਿਕਲਣ ਕਾਰਨ ਇਹਦਾ ਗਰਦ ਕੱਟੀ ਗਈ, ਇਹਦਾ ਮੂੰਹ ਵੱਢਿਆ ਗਿਆ, ਕਾਫੀ ਕੁਛ ਹੋਇਆ। ਅਸੀਂ ਤਾਂ ਦੇਖ ਵੀ ਨਹੀਂ ਸਕਦੇ ਜੀ, ਇੰਨੀ ਭੈੜੀ ਦਰਦਨਾਕ ਘਟਨਾ ਵਾਪਰੀ ਆ, ਇਹਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਗਹਿਲ ਦੇ ਵਿੱਚ ਇੱਕ ਕਤਲ ਹੋਇਆ ਜੀ, ਤੁਹਾਡੇ ਧਿਆਨ ਵਿੱਚ ਆਇਆ ਮਾਮਲਾ? ਹਾਂਜੀ ਹਾਂ, ਅੱਜ ਸਵੇਰੇ ਕੁਛ ਦੇਰ ਪਹਿਲਾਂ ਹੀ SHO ਟੱਲੇਵਾਲ SA ਬਲਦੀਪ ਸਿੰਘ ਨੇ ਮੈਨੂੰ ਫੋਨ ਕੀਤਾ ਸੀ ਕਿ ਸਰ ਮੁਖਤਿਆਰ ਕੌਰ ਵਾਈਫ ਅਵਜੀਤ ਸਿੰਘ ਉਮਰ ਅਰਾਊਂਡ 65 ਸਾਲ ਇਹਨਾਂ ਦਾ ਮਰਡਰ ਹੋ ਗਿਆ, ਅਤੇ ਉਹਨਾਂ ਦੇ ਕਹੇ 'ਤੇ ਮੈਂ ਜਿਹੜਾ ਹੈ ਮੌਕੇ 'ਤੇ ਆਇਆ ਸੀ। ਅਤੇ ਇੱਥੇ ਅਸੀਂ ਇਹ ਜਿਹੜਾ ਮਰਡਰ ਹੈ, ਇਹ ਉਹਨਾਂ ਦੀ ਇੱਕ ਲੜਕੀ ਸੀ ਉਹਨਾਂ ਦੇ ਬੱਚਿਆਂ ਵਿੱਚੋਂ, ਉਹਦਾ ਜਿਹੜਾ ਪਹਿਲਾ ਹਸਬੈਂਡ ਸੀ ਜਿਹਦੇ ਨਾਲ ਲੀਗਲੀ ਡਾਇਵੋਰਸ ਸੀ, ਉਹ ਲੜਕੀ ਗਾਹਾਂ ਰੀਮੈਰਿਡ ਹੈ, ਅਤੇ ਉਹਨਾਂ ਦਾ ਜਿਹੜਾ ਪਹਿਲਾ ਜਵਾਈ ਸੀ ਜਿਹੜਾ ਪਹਿਲਾ ਰਿਸ਼ਤੇਦਾਰ ਸੀ, ਅਤੇ ਉਸਨੇ ਇਹ ਮਰਡਰ ਕੀਤਾ।
बाकी मैं आया इतने तफ्तीश जी है की जा रही है जो कोई होर भी खुलासा होगा तो मैं अभी थोड़े न शेयर कर लिया मुलजम सर नशेदार ड्यूटी भी लग रहा कोई ये हले आके मैं हूँ जो पता लगेगा भी जो कुछ भी है कि भाई वह नशेदारी से या की सगा वो जिदा भी कोई जानकारी मिल गई मैं थोड़े न शेयर जिन्हें मर्डर किया पिंड है चौहान के खुरद जो सरसरी गल हाले तक ये लगी है पता कि वह कि भाई मेरी जी वाइफ है वो क्योंकि वो तो दो इशू से एक लड़की एक लड़का जो वो नाल ही चौहान के खुरद रेंदे बी वो इन्हों कहता भी मेरी जी वाइफ से या इन्हों की मदर से उन्होंने रीमैरिड क्यों किया सो दिस हाले तक ये पता लगे बाकी हले होर भी जी तफ्तीश जारी है वह जो भी कोई गल सू पता लगी असं तो शेयर कर लें जे जी मृतका है उसकी जी बेटी के पहले ब्याह तो दो इशू से एक बेटी एक बेटा वो अपने फादर के नाल जो मटर किलर सो चौहान के खुरद ही रेंदे बाकी हले तफ्तीश का हिस्सा है तफ्तीश जारी है तो असं तो शेयर कर लो जो भी कर